ਸਾਡੇ ਨਾਲ ਕਾਂਗਰਸ ਦੇ ਸੀਨੀਅਰ ਆਗੂ ਪਰਮਿੰਦਰ ਸਿੰਘ ਪਿੰਕੀ ਨੇ ਪਿੰਕੀ ਜੀ ਕੇਂਦਰ ਨੇ ਤਾਂ ਅਜੇ ਸ਼ਾਬਾਸ਼ੀ ਲੈਣ ਦੀ ਤਿਆਰੀ ਕੀਤੀ ਸੀ ਪਰ ਕਿਸਾਨ ਕਹਿੰਦੇ ਹੈ ਕਿ ਇਹ ਤਾਂ ਰੂਟੀਨ ਦੀ ਪ੍ਰਕਿਰਿਆ ਉਹ ਕਹਿੰਦੇ ਨੇ ਕਿ ਸਾਡੇ MSP ਗਰੰਟੀ ਕਾਨੂੰਨ ਲੈ ਕੇ ਆਓ ਕਿਉਂਕਿ MSP ਅੱਗੇ ਵੀ ਐਲਾਨ ਹੋ ਜਾਂਦੀ ਹੈ ਮਿਲੇ ਵੀ ਤਾਂ ਸਹੀ। ਦੇਖੋ ਗੱਲ ਇਹ ਹੈ ਕਿ ਅਸੀਂ ਤਾਂ ਆਪਦੇ ਮੈਨੀਫੈਸਟੋ ਦੇ ਵਿੱਚ ਕਾਂਗਰਸ ਪਾਰਟੀ ਨੇ ਰੱਖਿਆ ਸੀ ਕਿ ਸਾਡੀ ਸਰਕਾਰ ਪਾਵਰ ਦੇ ਵਿੱਚ ਆਏਗੀ ਤਾਂ ਅਸੀਂ ਜਿਹੜੀ MSP ਹੈਗੀ ਨਾਲ ਦੀ ਨਾਲ ਲਾਗੂ ਕਰ ਦਾਂਗੇ। ਅਸੀਂ ਪਹਿਲੇ ਸੈਸ਼ਨ ਦੇ ਵਿੱਚ ਜਿਹੜੀ ਸੀ ਲਾਗੂ ਕਰ ਦੇਣੀ ਸੀ ਉਹਦੇ ਨਾਲ ਨਾਲ ਜਿਹੜਾ ਥੋੜਾ ਮੋਟਾ ਵਾਧਾ ਹੁੰਦਾ ਇਸ ਕਰਕੇ ਹੁੰਦਾ ਕਿ ਡੀਜ਼ਲ ਦੇ ਦਾਮ ਵੱਧ ਗਏ, ਬੀਆਂ ਦੇ ਵੱਧ ਗਏ, ਖਾਦਾਂ ਦੇ ਵੱਧ ਗਏ, ਉਸ ਕਰਕੇ ਉਹਨੂੰ ਮੈਚ ਕਰ ਰਿਹਾ। ਪਰ ਜਿਹੜੀ MSP ਹੈ ਉਹ ਕਰਨੀ ਚਾਹੀਦੀ ਹੈ ਕਿਉਂਕਿ ਕਿਸਾਨ ਜਿਹੜੇ ਨੇ ਹਿੰਦੁਸਤਾਨ ਦੀ ਰੀੜ ਦੀ ਹੱਡੀ ਹੈ, ਜੈ ਜਵਾਨ ਜੈ ਕਿਸਾਨ। ਇਹ ਸਰਕਾਰ ਨੂੰ ਜਿਹੜਾ ਹੈ ਬੜਾ ਜਲਦੀ ਕਰ ਦੇਣਾ ਚਾਹੀਦਾ, ਇਹਨੂੰ ਸੀਰੀਅਸਲੀ ਲੈਣਾ ਚਾਹੀਦਾ। ਅੱਛਾ, ਕਿਸਾਨਾਂ ਨੇ ਇਹ ਵੀ ਕਿਹਾ ਕਿ ਉਹ ਇੰਡੀਆ ਗੱਠਜੋੜ ਵਾਲੇ ਜਿਹੜੀਆਂ ਜਿੰਨੇ ਵੀ ਮੈਂਬਰ ਪਾਰਲੀਮੈਂਟ ਨੇ ਜਿੰਨੇ ਵੀ ਤੁਹਾਡੇ ਆਗੂ ਨੇ ਉਹ ਕਹਿੰਦੇ ਨੇ ਕਿ ਅਸੀਂ ਜਾ ਕੇ ਮੈਮੋਰੈਂਡਮ ਲੈ ਕੇ ਜਾਵਾਂਗੇ ਤਾਂ ਕਿ ਪਾਰਲੀਮੈਂਟ ਦੇ ਵਿੱਚ ਤੁਸੀਂ ਆਵਾਜ਼ ਚੁੱਕ ਸਕੋ। ਹੁਣ ਮਜ਼ਬੂਤ ਵਿਰੋਧੀ ਧਿਰ ਹੈ ਤਾਂ ਉਹ ਮਜ਼ਬੂਤ ਵਿਰੋਧੀ ਧਿਰ ਦਿਖਾਵੇ ਕਿ ਹੁਣ ਇਹ ਪ੍ਰੂਵ ਕਰਨ ਕਿ ਹਾਂ ਅਸੀਂ ਵਾਕਈ ਕਿਸਾਨ ਹਿਤੈਸ਼ੀ ਹੈ। ਦੇਖੋ ਗੱਲ ਇਹ ਕਿ ਸਾਡਾ ਫਰਜ਼ ਬਣਦਾ ਸੀ ਮੈਨੀਫੈਸਟੋ ਦੇ ਵਿੱਚ ਪਹਿਲਾਂ ਹੀ ਰੱਖਿਆ ਹੋਇਆ, ਉਹ ਮੁੱਦਾ ਤਾਂ ਉਹ ਜ਼ਰੂਰ ਉਠਾਉਣਗੇ, ਉਹਦੇ ਵਿੱਚ ਪਾਰਲੀਮੈਂਟ ਦੇ ਵਿੱਚ ਉਠਾਉਣਗੇ, ਕਿਸਾਨਾਂ ਦੀ ਜਿਹੜੀ ਆਵਾਜ਼ ਆ ਉਹਦੇ 'ਚ ਉਠਾਉਣਗੇ, ਜਿਹੜੀ MSP ਹੈਗੀ ਹੈ ਉਹਨੂੰ ਲਾਗੂ ਕਰਾਉਣ ਦੀ ਕੋਸ਼ਿਸ਼ ਕਰਾਂਗੇ। ਅੱਛਾ, ਕੀ ਲੱਗਦਾ ਕਿਉਂ ਪੇਜ ਫਸਿਆ ਆ ਰਿਹਾ? ਹੁਣ ਵੀ ਦੇਖੋ ਕਿੰਨੇ ਮਹੀਨੇ ਹੋਏ ਕਿਸਾਨਾਂ ਨੂੰ ਬੈਠਿਆ, ਪਹਿਲਾਂ ਵੀ 1.25 ਸਾਲ ਦੇ ਕਰੀਬ ਕਿਸਾਨਾਂ ਨੂੰ ਧਰਨਾ ਦੇਣਾ ਪਿਆ ਦਿੱਲੀ ਦੇ ਬਾਰਡਰ ਤੇ, ਇੱਕ ਵਾਰੀ ਫਿਰ ਸਾਨੂੰ ਬੈਠੇ। ਹਾਲਾਂਕਿ BJP ਇਹ ਵੀ ਬਣਦੀ ਹੈ ਕਿ 35-40 ਸੀਟਾਂ ਤੋਂ ਆਪਦੇ ਮੂੰਹੋਂ ਕਹਿੰਦੇ ਆ ਕਿ ਸਾਨੂੰ ਕਿਸਾਨ ਅੰਦੋਲਨ ਦੇ ਚੱਲਦਿਆਂ ਸਾਨੂੰ ਨੁਕਸਾਨ ਹੋਇਆ, ਜਿਹਦੇ ਕਰਕੇ ਦੂਜਿਆਂ ਅੱਗੇ ਗੱਠਜੋੜ ਵੀ ਜਿਹੜਾ ਹੈਗਾ ਉਹ ਅਗਲੇ ਦੀਆਂ ਸ਼ਰਤਾਂ ਮੁਤਾਬਕ ਕਰਨਾ ਪਿਆ BJP ਨੂੰ। ਮੈਂ ਤਾਂ ਪਹਿਲਾਂ ਕਿਹਾ ਜੈ ਜਵਾਨ ਜੈ ਕਿਸਾਨ, ਕਿਸਾਨ ਜਿਹੜਾ ਹੈਗਾ ਸਾਰਿਆਂ ਵਾਸਤੇ ਹੈਗਾ, ਪੰਜਾਬ ਦਾ ਕਿਸਾਨ ਜਿਹੜਾ ਹੈਗਾ ਖਾਸ ਕਰਕੇ ਸਾਰੀ ਦੁਨੀਆ ਦੇ ਵਾਸਤੇ ਅੰਨਦਾਤਾ ਹੈਗਾ। ਇਸ ਕਰਕੇ ਸਾਨੂੰ ਜਲਦੀ ਤੋਂ ਜਲਦੀ ਲਾਗੂ ਕਰਨਾ ਚਾਹੀਦਾ, ਸਾਨੂੰ ਨਾ ਕਿ ਇਹਦੇ ਕਿੰਤੂ ਪ੍ਰੰਤੂ ਦੇ ਵਿੱਚ ਫਸਣਾ ਚਾਹੀਦਾ। ਜੇ ਕਿਸਾਨ ਜਿੰਦਾ ਹੈ ਤਾਂ ਹਿੰਦੁਸਤਾਨ ਜਿੰਦਾ, ਅੱਜ ਕਿਸਾਨੀ ਕਰਕੇ ਸਾਡਾ ਕਿੰਨਾ ਨਾਮ ਹੈ, ਜਵਾਨਾਂ ਕਰਕੇ ਸਾਡਾ ਕਿੰਨਾ ਨਾਮ ਹੈ। ਇਸ ਕਰਕੇ ਮੈਂ ਸਮਝਦਾ ਕਿ ਸਰਕਾਰ ਨੂੰ ਜਲਦੀ ਤੋਂ ਜਲਦੀ ਲਾਗੂ ਕਰ ਦੇਣਾ ਚਾਹੀਦਾ। ਸਾਡੇ ਨਾਲ ਕਾਂਗਰਸ ਦੇ ਸੀਨੀਅਰ ਆਗੂ ਪਰਮਿੰਦਰ ਸਿੰਘ ਪਿੰਕੀ ਨੇ ਪਿੰਕੀ ਜੀ ਕੇਂਦਰ ਨੇ ਤਾਂ ਅਜੇ ਸ਼ਾਬਾਸ਼ੀ ਲੈਣ ਦੀ ਤਿਆਰੀ ਕੀਤੀ ਸੀ ਪਰ ਕਿਸਾਨ ਕਹਿੰਦੇ ਹੈ ਕਿ ਇਹ ਤਾਂ ਰੂਟੀਨ ਦੀ ਪ੍ਰਕਿਰਿਆ। ਉਹ ਕਹਿੰਦੇ ਨੇ ਕਿ ਸਾਡੇ MSP ਗਰੰਟੀ ਕਾਨੂੰਨ ਲੈ ਕੇ ਆਓ ਕਿਉਂਕਿ MSP ਅੱਗੇ ਵੀ ਐਲਾਨ ਹੋ ਜਾਂਦੀ ਹੈ ਮਿਲੇ ਵੀ ਤਾਂ ਸਹੀ। ਦੇਖੋ ਗੱਲ ਇਹ ਹੈ ਕਿ ਅਸੀਂ ਤਾਂ ਆਪਦੇ ਮੈਨੀਫੈਸਟੋ ਦੇ ਵਿੱਚ ਕਾਂਗਰਸ ਪਾਰਟੀ ਨੇ ਰੱਖਿਆ ਸੀ ਕਿ ਸਾਡੀ ਸਰਕਾਰ ਪਾਵਰ ਦੇ ਵਿੱਚ ਆਏਗੀ ਤਾਂ ਅਸੀਂ ਜਿਹੜੀ MSP ਹੈਗੀ ਨਾਲ ਦੀ ਨਾਲ ਲਾਗੂ ਕਰ ਦਾਂਗੇ। ਅਸੀਂ ਪਹਿਲੇ ਸੈਸ਼ਨ ਦੇ ਵਿੱਚ ਜਿਹੜੀ ਸੀ ਲਾਗੂ ਕਰ ਦੇਣੀ ਸੀ ਉਹਦੇ ਨਾਲ ਨਾਲ ਜਿਹੜਾ ਥੋੜਾ ਮੋਟਾ ਵਾਧਾ ਹੁੰਦਾ ਇਸ ਕਰਕੇ ਹੁੰਦਾ ਕਿ ਡੀਜ਼ਲ ਦੇ ਦਾਮ ਵੱਧ ਗਏ, ਬੀਆਂ ਦੇ ਵੱਧ ਗਏ, ਖਾਦਾਂ ਦੇ ਵੱਧ ਗਏ, ਉਸ ਕਰਕੇ ਉਹਨੂੰ ਮੈਚ ਕਰ ਰਿਹਾ। ਪਰ ਜਿਹੜੀ MSP ਹੈ ਉਹ ਕਰਨੀ ਚਾਹੀਦੀ ਹੈ ਕਿਉਂਕਿ ਕਿਸਾਨ ਜਿਹੜੇ ਨੇ ਹਿੰਦੁਸਤਾਨ ਦੀ ਰੀੜ ਦੀ ਹੱਡੀ ਹੈ, ਜੈ ਜਵਾਨ ਜੈ ਕਿਸਾਨ। ਇਹ ਸਰਕਾਰ ਨੂੰ ਜਿਹੜਾ ਹੈ ਬੜਾ ਜਲਦੀ ਕਰ ਦੇਣਾ ਚਾਹੀਦਾ, ਇਹਨੂੰ ਸੀਰੀਅਸਲੀ ਲੈਣਾ ਚਾਹੀਦਾ। ਅੱਛਾ, ਕਿਸਾਨਾਂ ਨੇ ਇਹ ਵੀ ਕਿਹਾ ਕਿ ਉਹ ਇੰਡੀਆ ਗੱਠਜੋੜ ਵਾਲੇ ਜਿਹੜੀਆਂ ਜਿੰਨੇ ਵੀ ਮੈਂਬਰ ਪਾਰਲੀਮੈਂਟ ਨੇ ਜਿੰਨੇ ਵੀ ਤੁਹਾਡੇ ਆਗੂ ਨੇ ਉਹ ਕਹਿੰਦੇ ਨੇ ਕਿ ਅਸੀਂ ਜਾ ਕੇ ਮੈਮੋਰੈਂਡਮ ਲੈ ਕੇ ਜਾਵਾਂਗੇ ਤਾਂ ਕਿ ਪਾਰਲੀਮੈਂਟ ਦੇ ਵਿੱਚ ਤੁਸੀਂ ਆਵਾਜ਼ ਚੁੱਕ ਸਕੋ। ਹੁਣ ਮਜ਼ਬੂਤ ਵਿਰੋਧੀ ਧਿਰ ਹੈ ਤਾਂ ਉਹ ਮਜ਼ਬੂਤ ਵਿਰੋਧੀ ਧਿਰ ਦਿਖਾਵੇ ਕਿ ਹੁਣ ਇਹ ਪ੍ਰੂਵ ਕਰਨ ਕਿ ਹਾਂ ਅਸੀਂ ਵਾਕਈ ਕਿਸਾਨ ਹਿਤੈਸ਼ੀ ਹੈ। ਦੇਖੋ ਗੱਲ ਇਹ ਕਿ ਸਾਡਾ ਫਰਜ਼ ਬਣਦਾ ਸੀ ਮੈਨੀਫੈਸਟੋ ਦੇ ਵਿੱਚ ਪਹਿਲਾਂ ਹੀ ਰੱਖਿਆ ਹੋਇਆ, ਉਹ ਮੁੱਦਾ ਤਾਂ ਉਹ ਜ਼ਰੂਰ ਉਠਾਉਣਗੇ, ਉਹਦੇ ਵਿੱਚ ਪਾਰਲੀਮੈਂਟ ਦੇ ਵਿੱਚ ਉਠਾਉਣਗੇ, ਕਿਸਾਨਾਂ ਦੀ ਜਿਹੜੀ ਆਵਾਜ਼ ਆ ਉਹਦੇ 'ਚ ਉਠਾਉਣਗੇ, ਜਿਹੜੀ MSP ਹੈਗੀ ਹੈ ਉਹਨੂੰ ਲਾਗੂ ਕਰਾਉਣ ਦੀ ਕੋਸ਼ਿਸ਼ ਕਰਾਂਗੇ। ਅੱਛਾ, ਕੀ ਲੱਗਦਾ ਕਿਉਂ ਪੇਜ ਫਸਿਆ ਆ ਰਿਹਾ? ਹੁਣ ਵੀ ਦੇਖੋ ਕਿੰਨੇ ਮਹੀਨੇ ਹੋਏ ਕਿਸਾਨਾਂ ਨੂੰ ਬੈਠਿਆ, ਪਹਿਲਾਂ ਵੀ 1.25 ਸਾਲ ਦੇ ਕਰੀਬ ਕਿਸਾਨਾਂ ਨੂੰ ਧਰਨਾ ਦੇਣਾ ਪਿਆ ਦਿੱਲੀ ਦੇ ਬਾਰਡਰ ਤੇ, ਇੱਕ ਵਾਰੀ ਫਿਰ ਸਾਨੂੰ ਬੈਠੇ। ਹਾਲਾਂਕਿ BJP ਇਹ ਵੀ ਬਣਦੀ ਹੈ ਕਿ 35-40 ਸੀਟਾਂ ਤੋਂ ਆਪਦੇ ਮੂੰਹੋਂ ਕਹਿੰਦੇ ਆ ਕਿ ਸਾਨੂੰ ਕਿਸਾਨ ਅੰਦੋਲਨ ਦੇ ਚੱਲਦਿਆਂ ਸਾਨੂੰ ਨੁਕਸਾਨ ਹੋਇਆ, ਜਿਹਦੇ ਕਰਕੇ ਦੂਜਿਆਂ ਅੱਗੇ ਗੱਠਜੋੜ ਵੀ ਜਿਹੜਾ ਹੈਗਾ ਉਹ ਅਗਲੇ ਦੀਆਂ ਸ਼ਰਤਾਂ ਮੁਤਾਬਕ ਕਰਨਾ ਪਿਆ BJP ਨੂੰ।
ਮੈਂ ਤਾਂ ਪਹਿਲਾਂ ਕਿਹਾ ਜੈ ਜਵਾਨ ਜੈ ਕਿਸਾਨ। ਕਿਸਾਨ ਜਿਹੜਾ ਹੈਗਾ ਸਾਰਿਆਂ ਵਾਸਤੇ ਹੈਗਾ, ਪੰਜਾਬ ਦਾ ਕਿਸਾਨ ਜਿਹੜਾ ਹੈਗਾ ਖਾਸ ਕਰਕੇ ਸਾਰੀ ਦੁਨੀਆ ਦੇ ਵਾਸਤੇ ਅੰਨਦਾਤਾ ਹੈਗਾ। ਇਸ ਕਰਕੇ ਸਾਨੂੰ ਜਲਦੀ ਤੋਂ ਜਲਦੀ ਲਾਗੂ ਕਰਨਾ ਚਾਹੀਦਾ, ਸਾਨੂੰ ਨਾ ਕਿ ਇਹਦੇ ਕਿੰਤੂ ਪ੍ਰੰਤੂ ਦੇ ਵਿੱਚ ਫਸਣਾ ਚਾਹੀਦਾ। ਜੇ ਕਿਸਾਨ ਜਿੰਦਾ ਹੈ ਤਾਂ ਹਿੰਦੁਸਤਾਨ ਜਿੰਦਾ। ਅੱਜ ਕਿਸਾਨੀ ਕਰਕੇ ਸਾਡਾ ਕਿੰਨਾ ਨਾਮ ਹੈ, ਜਵਾਨਾਂ ਕਰਕੇ ਸਾਡਾ ਕਿੰਨਾ ਨਾਮ ਹੈ। ਇਸ ਕਰਕੇ ਮੈਂ ਸਮਝਦਾ ਕਿ ਸਰਕਾਰ ਨੂੰ ਜਲਦੀ ਤੋਂ ਜਲਦੀ ਲਾਗੂ ਕਰ ਦੇਣਾ ਚਾਹੀਦਾ।